ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਲੱਗੇ ਹੋਏ ਜੀ ਪਨੀਰੀ ਬੀਜਣ PR 126 ਦੀ, ਅਤੇ ਆਪਾਂ ਚੌਥੀ ਕਿਆਰੀ ਰਲਾਉਣ ਲੱਗੇ ਹੋਏ ਅੱਜ, ਅਤੇ ਦੋ ਕਿਆਰੀਆਂ ਹੋਰ ਬੀਜਾਂਗੇ, ਉਹੀ 35 ਕਿੱਲਿਆਂ ਦੀ ਪਨੀਰੀ ਹੋ ਜਾਣੀ ਆਪਣੀ ਆਹ ਮੋਟਰ 'ਤੇ, ਅਤੇ ਉਹ ਪਰਲੀ ਪਨੀਰੀ ਹੋ ਗਈ ਪੂਰੀ ਵਧੀਆ। ਅਤੇ ਆਹ ਵੀ ਮਾਰਿਆ ਜੀ ਤੂਈਆਂ, ਅੱਜ ਇਹਨੂੰ ਆਪਾਂ ਪਾਣੀ ਲਾਉਣਾ ਨਹੀਂ ਹੈਗਾ, ਅਤੇ ਦੇਖੋ ਮਾਰਦੀ ਆ ਤੂਈਆਂ ਪੂਰੀਆਂ। ਬਾਕੀ ਕੱਲ੍ਹ ਹੋ ਗਿਆ ਸੀ ਮੌਸਮ ਖਰਾਬ, ਸ਼ਾਮ ਨੂੰ ਕਣੀਆਂ ਜੀਆਂ ਪਈਆਂ ਨੇ ਮਾੜੀਆਂ ਮੋਟੀਆਂ। ਬਾਕੀ ਮੱਕੀ ਵੀ ਬਣਾਉਂਦੇ ਹਾਂ 10 ਤਰੀਕ ਤੋਂ ਬਾਅਦ, ਦੇਖੋ ਛੱਲੀ ਪੱਕਣ ਲੱਗ ਗਈ, ਅਤੇ ਪਾਣੀ ਕਰਤਾ ਆਪਾਂ ਬੰਦ ਮੱਕੀ ਦਾ, ਅਤੇ ਮੁਲਾਜ਼ਮ ਮਾਰ ਰਿਹਾ ਪੰਜਾ, ਆਪਾਂ ਛਿੱਟਾ ਦੇ ਕੇ ਪੰਜਾ ਮਾਰ ਦੀ ਦਾ ਉੱਪਰ। ਬਾਕੀ ਮੱਕੀ ਦੇ ਰੇਟ ਬਾਰੇ ਤਾਂ ਕਰਦੇ ਹਾਂ ਗੱਲ, ਵੀ ਕੀ ਚੱਲਦਾ ਗਿੱਲੀ ਮੱਕੀ ਦਾ ਅਤੇ ਸੁੱਕੀ ਮੱਕੀ ਦਾ, ਅਤੇ ਦੱਸਦੇ ਹਾਂ ਸਾਰਾ ਵੀਡੀਓ ਦੇ ਵਿੱਚ, ਅਤੇ ਵੀਡੀਓ ਪੂਰੀ ਦੇਖਿਓ। ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਅਤੇ ਪਾਣੀ ਆ ਗਿਆ, ਆਪਾਂ ਲਾ ਦਈਏ ਨੱਕਾ ਹੁਣ ਇਹਨੂੰ, ਛੱਡਤਾ ਜੀ ਪਾਣੀ ਆਪਾਂ ਕਿਆਰੀ ਨੂੰ, ਅਤੇ ਪੈ ਰਿਹਾ ਏ, ਅਤੇ ਭਰੇ ਤੋਂ ਬਾਅਦ ਫਿਰ ਕਰਦੇ ਹਾਂ ਜਨਰੇਟਰ ਬੰਦ। ਪਨੀਰੀ ਆਪਣੀ ਖੜੀ ਆ ਪੂਰੀ ਵਧੀਆ, ਜਿਹੜੀ ਪਹਿਲੀ ਕਿਆਰੀ ਬੀਜੀ ਸੀ, ਅਤੇ ਇਹਦਾ ਅੱਜ ਥੋੜ੍ਹਾ ਜਿਹਾ ਹੁਣ ਕੱਲ੍ਹ ਨੂੰ ਦੇਵਾਂਗੇ ਇਹਨੂੰ ਪਾਣੀ ਸੁਕਾ ਕੇ, ਜੰਮੀ ਵਧੀਆ ਪੂਰੀ। ਅਤੇ ਆਹ ਵੀ ਦੇਖੋ ਕਰੋ ਚੈੱਕ, ਵਧੀਆ ਹੋ ਚੱਲੀ ਇਹ ਵੀ। ਅੱਜ ਕੱਲ੍ਹ ਆਪਾਂ ਪਰਸੋਂ ਪਾਇਆ ਸੀ ਸਮਾਨ, ਜਿਹੜਾ ਪੀਲਾ ਪੰਜ ਆ ਸੀ, ਹੋ ਚੱਲੀ ਲੋਟ, ਅਤੇ ਵਧੀਆ ਖੜ੍ਹੀ ਆ, ਕੋਈ ਪ੍ਰੋਬਲਮ ਨਹੀਂ। ਬਾਕੀ ਮੱਕੀ ਦਾ ਰੇਟ ਦੱਸਦੇ ਹਾਂ ਆਪਾਂ, ਅਮਲੋ ਮੰਡੀ ਦਾ ਰੇਟ ਹੈਗਾ ਅੱਜ ਦਾ 1400 ਤੋਂ ਲੈ ਕੇ 1700 ਤੱਕ ਗਿੱਲੀ ਮੱਕੀ ਵਿਕੀ ਆ, ਅਤੇ ਨਾਭੇ ਮੰਡੀ ਦਾ ਵੀ ਰੇਟ ਇਹੀ ਆ, ਸੁੱਕੀ ਵਿਕੀ ਆ 2200 ਤੋਂ ਲੈ ਕੇ 2300 ਤੱਕ, 2100 ਤੋਂ ਲੈ ਕੇ 2300 ਤੱਕ, ਅਤੇ ਬਾਕੀ ਰਾਜਪੁਰੇ ਵੀ ਇਹੀ ਰੇਟ ਹੋਊਗਾ ਸੇਮ ਆ। ਅਤੇ ਬਾਕੀ ਮੱਕੀ ਦਾ ਕੰਮ ਚੱਲ ਪਿਆ ਜਾਣ ਲੱਗ ਗਈ ਮੰਡੀਆਂ 'ਚ, ਅਤੇ ਬਾਕੀ ਦੇਖੋ ਜਦੋਂ ਵਢਾਈ ਜ਼ੋਰ 'ਤੇ ਪੈ ਗਈ ਮੱਕੀ ਦੀ, ਫਿਰ ਰੇਟ ਮਾੜਾ ਮੋਟਾ ਘੱਟ ਵੱਧ ਸਕਦਾ ਏ, ਬਾਕੀ ਦੇਖੋ ਕੀ ਬਣਦਾ ਏ। ਰੇਟ ਵਧੀਆ ਇਸ ਆਹ ਟਾਈਮ ਤਾਂ 1400 ਤੋਂ 1700 ਤੱਕ ਵਧੀਆ ਰੇਟ ਆ ਮੱਕੀ ਦਾ, ਜੇ ਮੰਨ ਲਓ 60 ਕੁਇੰਟਲ ਵੀ ਹੁੰਦੀ ਆ ਕੋਈ 80,000 ਦੇ ਲਵੇ ਕਿੱਲਾ ਬਹਿੰਦਾ ਏ, ਅਤੇ ਇੰਨਾ ਕੁ ਰੇਟ ਚਾਹੀਦਾ ਵੀ ਆ, ਅਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਮੱਕੀ ਦੇ, ਅਤੇ ਕਿਸਾਨ ਭਰਾਵਾਂ ਨੂੰ ਪੈਸੇ 4 ਬਚਣਗੇ ਤਾਂ ਹੀ ਫਾਇਦਾ ਏ, ਜ਼ਮੀਨਾਂ ਦਾ ਠੇਕਾ ਵਧੀ ਜਾਂਦਾ ਏ, ਅਤੇ ਖੇਤੀ ਦੇ ਖਰਚੇ ਵੀ ਵਧੀ ਜਾਂਦੇ ਨੇ, ਅਤੇ ਰੇਟ ਵਧੀਆ ਮਿਲੂਗਾ ਫਸਲ ਦਾ ਤਾਂ ਹੀ ਫਾਇਦਾ ਏ ਖੇਤੀ 'ਚ। ਬਾਕੀ ਦੂਈ ਮੋਟਰ 'ਤੇ ਵੀ ਆਪਣੀ PR 131 ਬੀਜੀ ਤੀ, ਉਹ ਵੀ ਵਧੀਆ ਹੋ ਚੱਲੀ, ਅਤੇ 26 ਰਲਾਈ ਤੀ ਉੱਧਰ ਵੀ, ਉਹ ਵੀ ਵਧੀਆ ਏ। ਅਤੇ ਹੁਣ ਕੱਲ੍ਹ ਨੂੰ ਜਾਂ ਪਰਸੋਂ ਨੂੰ ਹੋਰ ਰਲਾਉਂਦੇ ਹਾਂ 2 ਕਿਆਰੀਆਂ ਪਰਲੀ ਮੋਟਰ 'ਤੇ, ਉਰੇ ਵੀ ਆਪਾਂ ਠਹਿਰ ਕੇ ਰਲਾਵਾਂਗੇ ਉਰੇ 10-12 ਜੂਨ ਤੋਂ ਬਾਅਦ, ਉਰੇ ਥੋੜ੍ਹੀ ਜਿਹੀ ਮੱਕੀ ਲੇਟ ਆਊਗੀ ਆਪਣੀ, ਉਹਦੇ ਕਰਕੇ ਥੋੜ੍ਹੀ ਜਿਹੀ ਲੇਟ ਏ ਬੀਜਾਂਗੇ ਪਨੀਰੀ PR 126 ਦੀ ਉਹ। ਬਾਕੀ ਉੱਧਰ ਮੋਟਰਾਂ ਚੱਲਦੀਆਂ ਨੇ ਹਲੇ ਮੱਕੀ ਨੂੰ, ਅਤੇ ਲਾਈਟ ਦਾ ਫਲਟ ਆ, ਜਨਰੇਟਰ ਲਾਇਆ ਹੋਇਆ ਆਪਣਾ, ਜਨਰੇਟਰ ਨਾਲੇ ਭਰ ਰਹੇ ਹਾਂ ਪਨੀਰੀ।
ਬਾਕੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਏਰੀਏ 'ਚ ਕੀ ਰੇਟ ਆ ਮੱਕੀ ਮੁੱਕੀ ਦਾ ਅਤੇ ਕੀ ਕੁਛ ਚੱਲਦਾ ਏ। ਚੱਲੇ ਹਾਂ ਜੀ ਆਪਾਂ ਵਾਹੁਣ, ਜਿਹੜੇ ਆਪਾਂ 12 ਕਿੱਲੇ ਲਏ ਨੇ ਠੇਕੇ 'ਤੇ, ਜਿਹਦੀ ਆਪਾਂ ਰੌਣੀ ਕਰੀ ਦੀ ਵੀਡੀਓ ਪਾਈ ਹੋਈ ਆ ਉਹ ਵੀ, ਅਤੇ ਹੈਰੋਂ ਲੈ ਚੱਲੇ, ਹੈਰੋਂ ਨਾਲ ਵਾਹੁੰਦੇ ਹਾਂ ਦੋ ਵਾਰ, ਬਾਕੀ ਦਿਖਾਉਂਦੇ ਹਾਂ ਜਾ ਕੇ ਕੰਮ ਕਾਰ। ਅੱਜ 843 ਨਾਲ ਵਾਹਵਾਂਗੇ 9-9 ਦੀ ਹੈਰੋਂ, ਆਉਂਦੇ ਹਾਂ ਕੰਮ ਕਾਰ ਜਾ ਕੇ। ਆ ਗਏ ਦੀ ਜੀ ਆਪਾਂ ਵਾਹੁਣ ਖੇਤ 'ਚ, ਅਤੇ ਚੱਲ ਰਿਹਾ ਟਰੈਕਟਰ ਆਪਣਾ 843, ਉੱਧਰਲਾ ਪਲਾਟ ਵਾਹਤਾ ਆਪਾਂ, ਅਤੇ ਹੁਣ ਇੱਧਰਲੇ ਪਾਸੇ ਲੱਗਦੇ ਹਾਂ ਵਾਹੁਣ, ਅਤੇ ਇੱਕ ਪਲਾਟ ਆਪਣਾ ਉਹ ਪਰੇ ਰਹਿ ਜਾਣਾ ਕੰਧ ਤੋਂ ਉੱਪਰ, ਇੱਕ ਆ ਵੀ ਆ ਦੂਰ ਲਾ ਦਿੰਦੇ ਹਾਂ ਤਵੀਆਂ ਨਾਲ, ਸਾਰੀ ਬੂਟੀ ਬਾਟੀ ਵੱਡੀ ਆਊਗੀ ਜਿੰਨੀ ਵੀ ਆ, ਅਤੇ ਚੱਲਦਾ ਕੰਮ ਕਾਰ। ਅਤੇ 843 ਦੀ ਖਿਚਾਈ ਦੇਖੋ, 9-9 ਦੀਆਂ ਤਵੀਆਂ ਫੁੱਲ ਖੋਲੀਆਂ ਹੋਈਆਂ ਨੇ, ਅਤੇ ਸਾਰੀ 1200 ਚੱਕਰ 'ਤੇ ਚੱਲਦਾ ਟਰੈਕਟਰ, ਪਹਿਲੇ ਹਾਈ 'ਚ ਕੋਈ ਲੋਡ ਨਹੀਂ, ਪੂਰਾ ਵਧੀਆ ਟਰੈਕਟਰ ਆ ਅਤੇ ਵਧੀਆ ਜ਼ੋਰ ਮਾਰਦਾ, ਨਾਲ ਤੇਲ ਖਰਚਾ ਬਹੁਤ ਘੱਟ ਆ, ਅਤੇ ਪੂਰੀਆਂ ਖੋਲੀਆਂ ਹੋਈਆਂ ਨੇ ਹੈਰੋਂ। ਬਾਕੀ ਪਟਾਈ ਦਿਖਾ ਦਿੰਦੇ ਹਾਂ ਵੀ ਕਿੰਨੀ ਕੁ ਕਰਦੀਆਂ ਨੇ ਤਵੀਆਂ, ਦੇਖੋ ਪਟਾਈ ਤਵੀਆਂ ਦੀ ਕਿੰਨੀ ਆ, ਘੱਟੋ ਘੱਟ ਬਾਲਾ ਨਹੀਂ ਗਿੱਠ ਡੂੰਘਾ ਪੜਦੀਆਂ ਨੇ, ਅਤੇ ਚੱਲਦਾ ਕੰਮ ਕਾਰ। ਵਾਹਿਆ ਗਿਆ ਜੀ ਇੱਧਰਲਾ ਖੇਤ ਆਪਣਾ ਸਾਰਾ ਹੀ, ਹੈਗਾ 6 ਕਿੱਲਿਆਂ ਦਾ ਗੇੜ ਇਹ, ਅਤੇ ਉੱਧਰ ਰਹਿੰਦੇ ਨੇ 5-4 ਗੇੜੇ, ਅਤੇ ਤੇਲ ਪਾਉਣ ਚੱਲਿਆ ਟਰੈਕਟਰ 'ਚ, ਉਹ ਜਾਂਦਾ ਸਾਹਮਣੇ ਪੰਪ 'ਤੇ ਨੂੰ, ਅਤੇ ਉਦੋਂ ਬਾਅਦ ਫਿਰ ਆਹ ਪਲਾਟ ਵਾਹੁਣਾ, ਇਹ 'ਚ ਬਹੁਤ ਜ਼ਿਆਦਾ ਕੱਖ ਆ ਅਤੇ ਬੂਟੀ ਬਹੁਤ ਗੜੀ ਆ, ਅਤੇ ਇਹ ਖੱਬਲ ਦੇਖੋ, ਇਹ ਤਾਂ 3-4 ਵਾਰ ਵਾਹੁਣਾ ਪਊਗਾ, ਇੰਨੀ ਜ਼ਿਆਦਾ ਬੂਟੀ ਆ ਇਹ 'ਚ। ਅਤੇ ਬਾਕੀ ਜਿਹੜੇ ਵਿੱਚ ਆਹ ਮਾੜੇ ਮੋਟੇ ਦਰਖਤ ਜੇ ਹੋਏ ਹੋਏ ਨੇ, ਜਾਂ ਆਹ ਹੋਇਆ ਹੋਇਆ ਰਿੰਡਾਂ ਰੁੰਡਾਂ ਜੀਆਂ, ਇਹ ਹੁਣ ਵੱਢਦੇ ਹਾਂ। ਤੋਤੀ ਆ ਗਿਆ ਆਪਣਾ ਮੁਲਾਜ਼ਮ, ਲਿਆਇਆ ਕਹਾੜੀ ਕਹੀ ਲਿਆਇਆ, ਕਹਾੜੀ ਕਹਾੜੀ ਮਿਲੀ ਨਹੀਂ ਵੀਰੇ, ਹੁਣ ਕਹੀ ਨਾ ਵੱਢੇਗਾ, ਵੱਢਦੇ ਥੋੜੀ ਨੇ, 20 ਜਗ੍ਹਾ ਖੜੇ ਨੇ, 20 ਪੀਸ ਨੇ, 20 ਇਹਨੂੰ ਤਾਂ ਕਈ ਗੇਲ ਪਾਉਣਾ ਪਊ ਤੋਤੀ, ਖੱਬਲ ਬਹੁਤ ਆ, ਸਿੱਧੀ ਪਊ ਦੋ ਵਾਰੀ ਬਾਹਰੇ 3 ਵਾਰੀ ਵਾਹ ਕੇ ਛੱਡਣੀ ਪਊ, ਕੱਖ ਕੁੱਖ ਸੁੱਕਣ ਹੈ ਨਾ, ਬੂਟੀ ਬਾਟੀ ਜਾਨੂ, ਤੇ ਆ ਦੇਖੋ ਕਿਵੇਂ ਖੱਬਲੇ ਖੱਬਲ ਖੜਾ ਏ। ਬਾਕੀ ਵੀਰ ਪੁੱਛਦੇ ਦੀ ਵੀ ਆ ਜ਼ਮੀਨ ਕੀ ਰੇਟ ਮਿਲੀ ਆਪਾਂ ਨੂੰ, ਤੇ ਕਮੈਂਟ ਕਰੇ ਹੋਏ ਤੀ ਜਿੱਦਣ ਆਪਾਂ ਰੌਣੀ ਕਰਦੇ ਤੀ ਉਰੇ, ਤੇ ਕਮੈਂਟ ਆਏ ਹੋਏ ਤੀ ਵੀਰ ਉਹਨਾਂ ਦੇ ਵੀ ਕੀ ਰੇਟ ਮਿਲੀ ਆ, ਇਹ ਆਪਾਂ ਨੂੰ 50,000 ਨੂੰ ਮਿਲੀ ਆ ਸਾਰੀ ਉਹ ਕੀਲਾ, ਅਤੇ ਮੋਟਰਾਂ ਵੀ ਨੇ ਸਾਰਾ ਕੁਛ ਆ, ਕਨੈਕਸ਼ਨ ਵੀ ਆ, ਥੋੜ੍ਹਾ ਜਿਹਾ ਮੋਟਰਾਂ ਦਾ ਪਾਣੀ ਘੱਟ ਆ, ਅਤੇ ਵਧੀਆ ਰੇਟ ਮਿਲ ਗਈ।
ਨਹੀਂ ਤਾਂ 65-70 ਹਜ਼ਾਰ ਤੋਂ ਜ਼ਮੀਨ ਘੱਟ ਮਿਲਦੀ ਉਹ ਨਹੀਂ, ਅਤੇ ਨਾਲੇ 2 ਸਾਲ ਵਿਹਲੀ ਰਹਿਣ ਕਰਕੇ ਫਸਲ ਬਹੁਤ ਜ਼ਿਆਦਾ ਹੋਊਗੀ, ਜੀਰੀ ਜੂਰੀ ਅਤੇ ਆਲੂ ਲਾਵਾਂਗੇ। ਫਿਰ ਇਦੋਂ ਬਾਅਦ ਜ਼ਮੀਨ ਸਾਰੀ ਪੱਧਰ ਆ ਇੱਕ ਸਾਰ ਆ, ਅਤੇ ਪਰਲੇ ਪਾਸੇ ਹੈਗੇ ਨੇ 4 ਕਿੱਲੇ, ਪਰਲੇ ਪਾਸੇ ਨੇ 5, ਅਤੇ ਆਹ ਪਲਾਟ ਪਾਉਣੇ ਆ 12 ਕਿੱਲੇ ਨੇ, ਅਤੇ ਆਹ ਆਪਣੇ ਉੱਪਰਲੇ ਪਾਸੇ ਪਿੰਡ ਦਾ ਪੰਚਾਇਤੀ ਜ਼ਮੀਨ ਆ, ਕੱਲਰ ਕਹਿ ਦਿੰਦੇ ਆ, ਇਹਦੀ ਬੋਲੀ ਹੋਊਗੀ ਗਾਹਾਂ, ਇਹ ਵੀ ਆਪਣੇ ਕੋਲ ਆ, ਇਹ ਬੋਲੀ ਦੇਵਾਂਗੇ ਅਤੇ ਹੋ ਜਾਣੇ ਨੇ ਉਰੇ, ਉਹੀ ਮੰਨ ਕੇ ਚੱਲੋ 24 ਕਿੱਲਿਆਂ ਦਾ ਗੇਟ ਹੋ ਜਾਣਾ ਉਰੇ, 4-5 ਮੋਟਰਾਂ ਨੇ, ਅਤੇ ਆਹ ਦੇਖੋ ਆਹ ਬਹੁਤ ਜ਼ਿਆਦਾ ਹੋਇਆ ਹੋਇਆ, ਆਹ ਵੱਢਦੇ ਹਾਂ, ਇਹਨੂੰ ਤਵੀਆਂ ਵੀ ਨਹੀਂ ਵੱਢਦੀਆਂ, ਜੜ੍ਹ 'ਚੋਂ ਵੱਢ ਦੋ ਤੀ ਨਹੀਂ, ਉੱਪਰੋਂ ਵੱਢਦੇ, ਬਾਕੀ ਤਵੀਆਂ ਨੇ ਵੱਢ ਦੇਣਾ, ਹਾਂ ਇਹ ਖੰਡਾ ਦੇ ਛਿੱਦੇ ਛਿੱਦੇ ਜੇ ਖੰਡਾ ਦੇ ਤਵੀਆਂ ਨੇ ਸਭ ਟੋਕਾ ਕਰ ਦੇਣਾ, ਬਥੇਰੀਆਂ ਲੱਗਦੀਆਂ ਨੇ, ਇਹਨਾਂ ਖੰਡਾ ਦੇ ਇੱਕ ਜਗ੍ਹਾ ਢੇਰੀਆਂ ਲਾ, ਐਂ ਖੰਡਾ ਦੇ, ਹਾਂ ਚਾਹੇ ਬਾਹਰੇ ਕੱਢ ਦੀ, ਇਹ ਸਾਲੇ ਪਤਾ ਬੇਲੀ ਕਰਕੇ ਹੋ ਗਏ ਨਾ, 2-3 ਸਾਲ ਤਾਂ ਹੋ ਗਏ, ਹੋਰ